ਮੈਂ ਪਹਿਲਾਂ ਜਿਹੜੇ ਲੀਡਰ ਟਰਾਈਬ ਸੀਗੇ ਅਸੀਂ ਉੱਥੇ ਇਕੱਠੇ ਹੋ ਗਏ ਸੀ। ਉਸ ਤੋਂ ਬਾਅਦ ਮੇਰਾ ਮਨਸ਼ਾ ਸੀ ਕਿ ਜਿਹੜੇ ਜ਼ਿਲ੍ਹੇ ਦੇ ਵਰਕਰ ਨੇ ਉਹਨਾਂ ਨੂੰ ਮਿਲਿਆ ਜਾਏ ਅਤੇ ਉਹਨਾਂ ਦਾ ਵਿਊ ਲਿਆ ਜਾਏ, ਕਿਉਂਕਿ ਅਸਲੀ ਵੋਟ ਤਾਂ ਉਹਨਾਂ ਦੀ ਹੈ। ਇਸ ਕਰਕੇ ਉਹਨਾਂ ਦਾ ਅੱਜ ਵਿਊ ਲੈਣ ਲਈ ਅਸੀਂ ਅੱਜ ਇਕੱਠੇ ਹੋਏ ਸੀ, ਉਹਨਾਂ ਦੇ ਵਿਊ ਲਏ ਨੇ। ਬਹੁਤਿਆਂ ਦਾ ਹੁੰਦਾ ਵਿਊ ਇਹ ਹੁੰਦਾ ਕਿ ਨਹੀਂ ਜੀ ਆਪਾਂ ਕੋਈ ਹੋਰ ਚੀਜ਼ ਤਾਂ ਮੈਂ ਨਹੀਂ, ਅਕਾਲੀ ਹਾਂ ਅਕਾਲੀ ਰਹਿਣਾ, ਕੋਈ ਗੱਲ ਨਹੀਂ। ਜੇ ਸਾਡੀ ਕੋਈ ਹੈ ਨਹੀਂ ਹੋਈ ਤਾਂ ਫਿਰ ਕੋਈ ਗੱਲ ਨਹੀਂ, ਪਰਮਾਤਮਾ ਦੇ ਹੱਥ ਸਾਰਾ ਕੁਛ। ਇਸ ਕਰਕੇ ਉਹਨਾਂ ਨੇ ਕਿਹਾ, ਉਹਨਾਂ ਨੇ ਇੱਕ ਹੋਰ ਵੀ ਕਿਹਾ ਵੀ ਕਈ ਵਾਰੀ ਸਾਡੇ ਕੋਲ ਮੈਸੇਜ ਆਏ ਕਿ ਉਹ ਬਦਲਣਾ ਚਾਹੁੰਦੇ ਟਿਕਟ, ਤੁਹਾਨੂੰ ਦੇਣਾ ਪਏ ਨਹੀਂ, ਅਸੀਂ ਮੁੜ ਕੇ ਟਿਕਟ ਨਹੀਂ ਲੈਣਾ ਕੋਈ ਵੀ, ਅਸੀਂ ਕਿਸੇ ਕਿਸਮ ਦੀ ਲੜਾਈ ਨਹੀਂ ਲੜਨੀ। ਮਤਲਬ ਕਿ ਅੱਗੇ ਵਿਧਾਨ ਸਭਾ ਵੀ ਲੈਣਾ ਕੋਈ ਵੀ ਨਹੀਂ, ਵਿਧਾਨ ਸਭਾ ਤਾਂ ਆਊਗੀ ਅਸੀਂ 2 ਸਾਲ ਨੂੰ, 3 ਸਾਲ ਪਏ ਨੇ, ਮੈਂ ਪਾਰਲੀਮੈਂਟ ਦੀ ਗੱਲ ਕਰ। ਮੈਂ ਪਰਮਿੰਦਰ ਦੇ ਇਲੈਕਸ਼ਨ ਚ ਵੀ ਕਹਿਤਾ ਸੀ ਕਿ ਮੈਂ ਨਹੀਂ ਆ ਸਕਣਾ ਕਿਉਂਕਿ ਮੇਰੀ ਸਿਹਤ ਨਹੀਂ ਲੱਗ ਪਿਆ ਸੀ। ਪਰਮਿੰਦਰ ਜੀ ਜਾਣਗੇ, ਉਹ ਤਾਂ ਹੁਣ ਪਰਮਿੰਦਰ ਤੋਂ ਪੁੱਛੋ, ਮੈਨੂੰ ਥੋੜ੍ਹਾ ਪੁੱਛੋ, ਮੇਰੇ ਨਾਲ ਕੋਈ ਗੱਲ ਨਹੀਂ। ਮੈਨੂੰ ਤਾਂ ਵਰਕਰਾਂ ਨੇ ਕਿਹਾ ਕਿ ਸਾਨੂੰ ਬਿਲਕੁਲ ਨਹੀਂ ਤੁਰਨਾ ਚਾਹੀਦਾ, ਸਾਨੂੰ ਬੈਠਣਾ ਚਾਹੀਦਾ, ਨਾ ਉਹਨੂੰ ਤੁਰਨਾ। ਜਿੱਥੇ ਵੀ ਗਿਆ ਉਹ ਸਾਡੇ ਕਿਸੇ ਵਰਕਰ ਨੂੰ ਉਹਨਾਂ ਨੇ ਮੈਸੇਜ ਨਹੀਂ ਲਾਇਆ, ਕਿਸੇ ਨੂੰ ਬੁਲਾਇਆ ਨਹੀਂ ਗਿਆ। ਜੇਕਰ ਧੁੰਦਾ ਸਾਹਿਬ ਤੁਹਾਨੂੰ ਆ ਕੇ ਮਿਲਦੇ ਆ, ਤੁਹਾਡੇ ਕੋਲ ਆਉਂਦੇ ਆ, ਤਾਂ ਫਿਰ ਤੁਰਿਆ ਜਾ ਸਕਦਾ? ਨਹੀਂ ਯਾਰ, ਮੈਂ ਤਾਂ ਤੁਰ ਨਹੀਂ ਸਕਦਾ, ਮੇਰੀ ਤਾਂ ਮੁਸ਼ਕਿਲ ਹੈ। ਮੈਂ ਤਾਂ ਪਰਮਿੰਦਰ ਨਾਲ ਵੀ ਕਹਿੰਦਾ ਸੀ, ਪਰਮਿੰਦਰ ਨੂੰ ਵੀ, ਕਿ ਮੇਰੀ ਸਿਹਤ ਤਾਂ ਅਲਾਊ ਨਹੀਂ ਕਰਦੀ। ਵਿਸ਼ਵਾਸ ਟੁੱਟਿਆ ਉਹਨੇ, ਜਿਵੇਂ ਹੁਣ ਤਾਂ ਮਾਫ਼ੀ ਮੰਗਦਾ ਸੀ ਬੱਚਿਆਂ ਦੀ ਤਰ੍ਹਾਂ, ਕਹਿੰਦਾ ਮੈਂ ਤੁਹਾਡਾ ਬੱਚਾ, ਮੈਂ ਮਾਫ਼ੀ ਮੰਗਦਾ ਗਲਤੀ ਹੋ ਗਈ, ਜੋ ਕੁਛ ਨਹੀਂ ਕੋਈ ਗੱਲ ਨਹੀਂ, ਤਾਂ ਨਾ ਮਾਫ਼ੀ ਦੀ ਗੱਲ ਹੈ ਨਾ ਹੋਰ, ਅਤੇ ਜੋ ਹੋਇਆ ਤਾਂ ਠੀਕ ਹੋਇਆ। ਉਹ ਤਾਂ ਹੁਣ ਮੈਂ ਕੀ ਕਹਿ ਸਕਦਾ, ਮੈਂ ਅੱਜ ਕੁਛ ਨਹੀਂ ਕਹਿਣਾ ਜੀ, ਅੱਜ ਮੈਂ ਸਿਰਫ ਇਹ ਵਰਕਰਾਂ ਦੀ ਗੱਲ ਕਰਨੀ, ਹੋਰ ਮੈਂ ਕੋਈ ਗੱਲ। ਕੱਲ੍ਹ ਮਜੀਠੀਆ ਸਾਹਿਬ ਨੇ ਵੀ ਆਪਣਾ ਨਿੱਜੀ ਰਾਇ ਦਿੱਤੀ ਹੈ। ਉਹ ਤੀ ਆਪਣੀ ਨਿੱਜੀ ਰਾਇ ਸੀ, ਉਹਨਾਂ ਦੀ ਠੀਕ ਸੀ ਉਹਨਾਂ ਦੀ ਰਾਇ, ਧੰਨਵਾਦ ਉਹਨਾਂ ਦਾ। ਤੁਹਾਨੂੰ ਪਤਾ ਨੀ ਸੀ ਵੀ ਇੰਨੇ ਵਰਕਰ ਆ ਜਾਣਗੇ, ਅਸੀਂ ਥੋੜੇ ਬੁਲਾਏ ਸੀਗੇ, ਲੇਕਿਨ ਬਹੁਤੇ ਜ਼ਿਆਦਾ ਆ ਗਏ, ਉਹਨਾਂ ਦਾ ਬਹੁਤਾ ਇੰਤਜ਼ਾਮ ਨਹੀਂ ਅਸੀਂ ਕਰ ਸਕੇ, ਤੇ ਹੁਣ ਦੁਬਾਰਾ ਬੁਲਾਵਾਂਗੇ ਕੁਛ ਬੰਦਿਆਂ ਨੂੰ, ਬਰਨਾਲੇ ਵੀ ਜਾਵਾਂਗੇ, ਲੇਕ ਓਲੇ ਵੀ ਜਾਵਾਂਗੇ, ਉਹ ਵੀ ਉਹਨਾਂ ਦੇ ਸਾਥ ਦੇ ਪਤਾ ਲਵਾਂਗੇ ਜਾ ਕੇ। ਉਹਨੇ ਕੀਤਾ ਸੀ, ਬੀਜੇਪੀ ਨੇ ਵੀ ਕਿਹਾ ਸੀਗਾ, ਕਾਂਗਰਸ ਨੇ ਵੀ ਕਿਹਾ ਸੀ, ਅਸੀਂ ਕਿਹਾ ਵੀ ਅਸੀਂ ਤਾਂ ਸਿਰਫ ਪੰਥਕ ਦੇ, ਅਸੀਂ ਵੀ ਉਦੋਂ ਵੀ ਪਿਛਲੀ ਵਾਰੀ ਵੀ ਕਿਹਾ ਸੀਗਾ, ਆਮ ਆਦਮੀ ਪਾਰਟੀ ਨੇ ਵੀ ਕਿਹਾ ਸੀ, ਇਹਨੇ ਵੀ ਕਿਹਾ ਸੀ
ਬੀਜੇਪੀ ਨੇ ਵੀ ਕਾਂਗਰਸ ਨੇ ਵੀ ਕਿਹਾ ਸੀ ਕਿ ਨਹੀਂ। ਇਸ ਵਾਰ ਤਾਂ ਨਹੀਂ ਆਮ ਆਦਮੀ ਪਾਰਟੀ ਤੋਂ ਪਹੁੰਚੀ ਸਰ? ਹੈ ਜੀ, ਇਸ ਵਾਰ ਤਾਂ ਨਹੀਂ ਆਮ ਆਦਮੀ ਪਾਰਟੀ ਤੋਂ ਪਹੁੰਚੀ। ਹੈ ਜੀ,